ਅਸੀਂ ਕਹਿੰਦੇ ਹਾਂ ਕਿ ਸਮਾਜ ਦੇ ਵਿੱਚ ਸਮੱਸਿਆਵਾਂ ਬਹੁਤ, ਬੁਰਾਈਆਂ ਬਹੁਤ, ਸ਼ਰਾਬ ਹੈ, ਨਸ਼ੇ, ਬੇਰੁਜ਼ਗਾਰੀ ਹੈ, ਦਾਜ ਹੈ, ਵੈਰ ਵਿਰੋਧ ਈਰਖਾ ਹੈ। ਇਹ ਸਮੱਸਿਆਵਾਂ ਬੜਾ ਵੱਡਾ ਸੰਸਾਰ ਹੈ। ਇਹਨਾਂ ਸਮੱਸਿਆਵਾਂ ਨੂੰ ਸੀਮਤ ਦਾਇਰੇ ਦੇ ਵਿੱਚ ਅਸੀਂ ਬੰਨ ਨਹੀਂ ਸਕਦੇ, ਪਰ ਜੇ ਜੀਵਨ ਹੈ, ਸਮਾਜ ਹੈ, सुख भी है, दुख भी है, समस्यावां भी हैं ते उन्हां दा हल भी है। ये इस धरती दे इंसान ने इन्हां नूं बेहतर बनाया है, अपनी जीवन जांच दे विचों इस समाज नूं बेहतर बनाया है। अज इन्हां ही समाजिक बुराइयां दे विचों असीं नशियां नूं दबा रहे कि ये नशे किवें पैदा हुंदे, किवें नुकसान करदे, ਕਿਵੇਂ ਘਰਾਂ ਦੇ ਘਰ ਉਜਾੜ ਦਿੰਦੇ ਆ, ਤੇ ਇਹਦੇ ਵਿੱਚ ਦੋਸ਼ੀ ਕੌਣ ਹੈ। ਇਹਨਾਂ ਤੋਂ ਬਚਣ ਦੀ ਲੋੜ ਹੈ। ਜੇ ਅੱਜ ਦਾ ਸਾਡਾ ਨੌਜਵਾਨ, ਅੱਜ ਦਾ ਸਾਡਾ ਵਿਦਿਆਰਥੀ ਇਹਨਾਂ ਬੁਰਾਈਆਂ ਤੋਂ ਦੂਰ ਰਹਿੰਦਾ ਹੈ, ਆਪਣੇ ਨੈਤਿਕ ਆਚਾਰ ਦੇ ਵਿੱਚ, ਵਿਹਾਰ ਦੇ ਵਿੱਚ ਇੱਕ ਦ੍ਰਿੜ ਇਰਾਦਾ ਬਣਾ ਲੈਂਦਾ ਹੈ, ਮਜ਼ਬੂਤ ਮਨ ਬਣਾ ਲੈਂਦਾ ਹੈ, ਤਾਂ ਦੁਨੀਆ ਦੀ ਕੋਈ ਤਾਕਤ ਉਸਨੂੰ ਨਸ਼ਾ ਨਹੀਂ ਲਾ ਸਕਦੀ। ਇਹ ਸਾਡੀਆਂ मन दियां कमजोरियां हैं जिन्हां नूं असीं राह दिंदे हां। मन तकड़ा होवेगा तां फिर इहो जिहियां बुराइयां साडे समाज विच नहीं आउणगीआं। जदों असीं समाजिक बुराई दे रूप दे विच नशियां दी गल करदे हां तां इक गल स्पष्ट हुंदी है कि इह नशे तबाही दा वड्डा कारण हुंदे हन। इहनां दे विच खुशहाली नहीं हैगी, ਇਹਨਾਂ ਦੇ ਵਿੱਚ ਵਿਨਾਸ਼ ਹੈ, ਔਰ ਇਹ ਜ਼ਿੰਦਗੀ ਅਤੇ ਸਮਾਜ ਦੀ ਤਬਾਹੀ, ਵਿਨਾਸ਼ ਦਾ ਕਾਰਨ ਬਣਦੇ ਨੇ। ਇਹਦੇ ਵਿੱਚ ਹੁੰਦਾ ਕੀ ਹੈ? ਸਰੀਰਕ ਵਿਨਾਸ਼ ਹੁੰਦਾ ਹੈ, ਸਰੀਰ ਦੇ ਵਿੱਚ ਇਹ ਮਾੜਾ ਅਸਰ ਕਰਦੇ ਹਨ, ਦਿਲ 'ਤੇ ਮਾੜਾ ਅਸਰ ਕਰਦਾ, ਦਿਮਾਗ 'ਤੇ ਮਾੜਾ ਅਸਰ ਕਰਦਾ ਇਹ ਨਸ਼ਾ, ਔਰ ਸਰੀਰ ਦਾ ਕੋਈ ਅੰਗ ਅਜਿਹਾ ਨਹੀਂ ਹੈਗਾ ਜਿਸ ਦੇ ਉੱਤੇ ਇਹ ਨਸ਼ੇ ਆਪਣਾ ਮਾੜਾ ਪ੍ਰਭਾਵ ਨਾ ਪਾਉਂਦੇ ਹੋ। ਮਨੋਵਿਕਾਰ ਪੈਦਾ ਹੁੰਦੇ ਹਨ, ਮਾਨਸਿਕ ਤੌਰ 'ਤੇ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ। ਜਿਹੜਾ ਵਿਅਕਤੀ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ, ਉਹ ਸਮਾਜ ਦੇ ਕਿਸੇ ਵੀ ਖੇਤਰ ਦੇ ਵਿੱਚ ਤਾਕਤਵਰ ਵੀ ਨਹੀਂ ਹੋ ਸਕਦਾ। ਇਸ ਕਰਕੇ ਇਹਨਾਂ ਤੋਂ ਦੂਰ ਰਹਿਣਾ ਵੀ ਲਾਜ਼ਮੀ ਹੈ। ਆਰਥਿਕ ਵਿਨਾਸ਼ ਹੁੰਦਾ ਹੈ, ਪੈਸੇ ਦੀ ਬਰਬਾਦੀ ਹੁੰਦੀ ਹੈ, ਘਰਾਂ ਦੇ ਘਰ ਉੱਜੜ ਜਾਂਦੇ ਹਨ, ਜ਼ਮੀਨਾਂ ਦੀਆਂ ਜ਼ਮੀਨਾਂ, ਕਾਰੋਬਾਰ, ਜਾਇਦਾਦਾਂ ਵਿਕ ਜਾਂਦੀਆਂ ਹਨ। ਪਰਿਵਾਰਿਕ ਵਿਨਾਸ਼ ਹੁੰਦਾ ਹੈ, ਪਰਿਵਾਰਿਕ ਟੁੱਟ ਭੱਜ ਹੁੰਦੀ ਹੈ, ਵਿਆਹਤਾ ਜ਼ਿੰਦਗੀ, ਪਰਿਵਾਰਿਕ ਜ਼ਿੰਦਗੀ, ਮਾਂ ਬਾਪ, ਭੈਣ ਭਰਾ, ਚਾਚੇ ਤਾਏ ਮਾਮੇ, ਸਾਰੇ ਰਿਸ਼ਤੇ ਜਿਹੜੇ ਨੇ ਉਹ ਟੁੱਟਣ ਵਾਲੇ ਪਾਸੇ ਜਾਂਦੇ ਹਨ, ਅਤੇ ਬਹੁਤ ਸਾਰੇ ਕਈ ਕਿਸਮ ਦੇ ਕਲੇਸ਼ ਪੈਦਾ ਹੋ ਜਾਂਦੇ ਹਨ। ਸਮਾਜਿਕ ਖੜੋਤ ਆਉਂਦੀ ਹੈ, ਸਮਾਜ ਦਾ ਵਿਕਾਸ ਰੁਕਦਾ ਹੈ। ਇੱਕ ਵਿਅਕਤੀ ਇੱਕ ਸਮਾਜ ਦੀ ਵੱਡੀ ਕੜੀ ਹੁੰਦਾ ਹੈ, ਜੇ ਉਸ ਕੜੀ ਦੇ ਵਿੱਚ ਕੋਈ ਨੁਕਸ ਪੈਂਦਾ ਹੈ ਤਾਂ ਉਹ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਹਿਣ ਦਾ ਭਾਵ ਇਹ ਕਿ ਉਸਦਾ ਕੇਵਲ ਆਪਣਾ ਨੁਕਸਾਨ ਹੀ ਨਹੀਂ ਹੁੰਦਾ, ਸਗੋਂ ਚੌਗਿਰਦੇ ਦੇ ਵਿੱਚ ਵੀ ਉਸਦਾ ਮਾੜਾ ਅਸਰ ਪੈਂਦਾ ਹੈ, ਜਿਹੜਾ ਕਿ ਸਮਾਜਿਕ ਖੜੋਤ ਵਾਲੇ ਪਾਸੇ ਲੈ ਕੇ ਜਾਂਦਾ ਹੈ। ਬੇਚੈਨੀ ਪੈਦਾ ਹੁੰਦੀ ਹੈ, ਚੈਨ ਨਹੀਂ ਆਉਂਦਾ, ਮਨ ਦੀ ਸ਼ਾਂਤੀ ਨਹੀਂ ਮਿਲਦੀ, ਦੁੱਖ ਮਿਲਦਾ, ਦੁੱਖ। ਹਰ ਵਿਅਕਤੀ ਜ਼ਿੰਦਗੀ 'ਚ ਸੁੱਖ ਲੱਭਦਾ ਹੈ, ਪਰ ਇਹਨਾਂ ਨਸ਼ਿਆਂ ਦੇ ਵਿੱਚ ਸੁੱਖ ਨਹੀਂ ਹੈ, ਦੁੱਖ ਹੈ। ਦੁਰਘਟਨਾਵਾਂ ਹੁੰਦੀਆਂ ਹਨ, ਤੁਸੀਂ ਦੇਖਦੇ ਹੋ ਕਿ ਨਸ਼ਿਆਂ ਕਾਰਨ ਲੜਾਈ, ਝਗੜੇ, ਕਤਲ, ਸੜਕਾਂ 'ਤੇ ਦੁਰਘਟਨਾਵਾਂ, ਮੌਤਾਂ, ਐਕਸੀਡੈਂਟ, ਇਹਨਾਂ ਕਾਰਨਾਂ ਕਰਕੇ ਵੀ ਹੁੰਦੇ ਹਨ। ਅਨੈਤਿਕਤਾ ਵੱਧਦੀ ਹੈ,
ਸਦਾਚਾਰਕ ਜੀਵਨ ਵਿਅਕਤੀ ਦਾ ਤਬਾਹ ਹੁੰਦਾ ਹੈ। ਉਸਦੀ ਨੇਕ ਸੋਚ ਨੇਕ ਨਹੀਂ ਰਹਿੰਦੀ, ਸਗੋਂ ਝਗੜਾਲੂ ਬਣ ਜਾਂਦੀ ਹੈ ਅਤੇ ਜ਼ਿੰਦਗੀ ਦੇ ਵਿੱਚ ਉਪਰਾਮਤਾ, ਨਿਰਾਸ਼ਾ ਉਸਦਾ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਉਪਰਾਮਤਾ ਨਹੀਂ ਚਾਹੁੰਦਾ, ਉਹ ਖੇੜਾ ਚਾਹੁੰਦਾ ਹੈ। ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਨਸ਼ਿਆਂ ਦੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਈਏ, ਸਮਾਜ ਦੇ ਲਈ ਇੱਕ ਬਿਹਤਰ ਜ਼ਿੰਦਗੀ ਬਣਾਈਏ। ਔਰ ਇਹ ਇੱਕ ਬਹੁਤ ਹੀ ਅਹਿਮ ਤੱਤ ਬਣ ਜਾਂਦਾ ਹੈ ਕਿ ਜੇਕਰ ਇਹਨਾਂ ਨਸ਼ਿਆਂ 'ਚ ਤਬਾਹੀ ਹੈ ਤਾਂ ਅਸੀਂ ਇਹਨਾਂ ਰਾਹਾਂ 'ਤੇ ਕਿਸੇ ਨੂੰ ਤੁਰਨ ਕਿਉਂ ਦਿੰਦੇ ਹਾਂ, ਜਾਂ ਇਹਨਾਂ ਰਾਹਾਂ 'ਤੇ ਕੋਈ ਵਿਅਕਤੀ ਤੁਰਦਾ ਕਿਉਂ ਹੈ। ਉਸ ਤੋਂ ਬਚਣ ਦੀ ਲੋੜ ਹੈ। ਔਰ ਸਮਾਜਿਕ ਬੁਰਾਈਆਂ, ਖਾਸ ਕਰਕੇ ਨਸ਼ਿਆਂ ਨੂੰ ਤਿਆਗਣ ਦੇ ਲਈ, ਇਹਨਾਂ ਤੋਂ ਦੂਰ ਰਹਿਣ ਦੇ ਲਈ ਸਾਡੇ ਅੰਦਰ ਇੱਕ ਸੋਝੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸੋਝੀ ਕੀ ਹੈ, ਇਸ ਤੋਂ ਬਚਣਾ ਕਿਵੇਂ ਹੈ ਕਿ ਪਹਿਲਾਂ ਅਸੀਂ ਆਪਣੀ ਅੱਖ ਦੇ ਨਾਲ ਆਪਣਾ ਚੌਗਿਰਦਾ ਦੇਖੀਏ ਕਿ ਇਸ ਵਿੱਚ ਵਾਪਰ ਕੀ ਰਿਹਾ। ਸਭ ਤੋਂ ਪਹਿਲਾਂ ਦੇਖਣਾ ਜ਼ਰੂਰੀ ਹੈ। ਅਣਦੇਖਣਾ ਜਾਂ ਅਣਦੇਖਿਆ ਕਰਨਾ ਚੰਗੀ ਗੱਲ ਨਹੀਂ ਹੈ। ਔਰ ਜੋ ਦੇਖ ਰਹੇ ਹਾਂ ਅਸੀਂ, ਉਸ ਨੂੰ ਗਹਿਰਾਈ ਦੇ ਨਾਲ, ਬਰੀਕੀ ਦੇ ਨਾਲ, ਆਪਣੀ ਨਜ਼ਰ ਅਤੇ ਦਿਮਾਗੀ ਨਜ਼ਰ ਦੇ ਨਾਲ ਸਮਝਣ ਦਾ ਅਸੀਂ ਉਸ ਨੂੰ ਪ੍ਰਯਾਸ ਕਰਨਾ ਹੈ। ਅਤੇ ਸਮਝਣਾ ਕੀ ਹੈ ਕਿ ਜੋ ਹੋ ਰਿਹਾ ਨਸ਼ਿਆਂ ਦੇ ਰੂਪ ਦੇ ਵਿੱਚ ਜੋ ਹੋ ਰਿਹਾ, ਕੌਣ ਨਸ਼ੇ ਲਾ ਰਿਹਾ, ਕਿਉਂ ਨਸ਼ੇ ਲਾ ਰਿਹਾ, ਕੌਣ ਨਸ਼ੇ ਕਰ ਰਿਹਾ, ਇਹਦੀ ਸਥਿਤੀ ਕੀ ਹੈ, ਇਹਦੇ ਹਾਲਾਤ ਕੀ ਹਨ, ਉਸ ਨੂੰ ਸਮਝਣ ਦੀ ਲੋੜ ਹੈ ਅਤੇ ਉਸ ਤੋਂ ਬਚਣ ਦੀ ਲੋੜ ਹੈ। ਉਸ ਉਪਰੰਤ ਜਦੋਂ ਅਸੀਂ ਸਾਰੀ ਸਥਿਤੀ ਨੂੰ ਸਮਝ ਜਾਂਦੇ ਹਾਂ ਤਾਂ ਉਸ ਸਮਝ ਤੋਂ ਬਾਅਦ ਸਾਡਾ ਕਾਰਜ ਸੁਧਾਰਕ ਹੋਣਾ ਚਾਹੀਦਾ ਹੈ। ਸਾਡਾ ਕਾਰਜ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਵਿਅਕਤੀ ਸਹਿਜ ਸੁਭਾਅ ਉਹ ਨਸ਼ਿਆਂ ਵਾਲੇ ਪਾਸੇ ਚਲਾ ਜਾਵੇ। ਸੁਧਾਰਕ ਕਾਰਜ ਕਿੱਦਾਂ ਦਾ ਹੁੰਦਾ? ਮੰਨ ਲਓ ਅਸੀਂ ਕਿਸੇ ਸੰਗਤ ਦੇ ਵਿੱਚ ਜਾਂਦੇ ਹਾਂ, ਉਹ ਸੰਗਤ ਸਾਨੂੰ ਖੁਸ਼ੀ ਬੜੀ ਦਿੰਦੀ ਹੈ, ਪਰ ਉਸ ਸੰਗਤ ਦੇ ਵਿੱਚ ਨਸ਼ੇ ਹਨ, ਸ਼ਰਾਬ ਦਾ ਸੇਵਨ ਹੈ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਹੈ। ਜਦੋਂ ਉਸ ਨਸ਼ੇ ਦੇ ਸੇਵਨ ਨੂੰ ਅਸੀਂ ਦੇਖਦੇ ਹਾਂ ਆਲੇ ਦੁਆਲੇ ਦੇ ਵਿੱਚ, ਤਾਂ ਉਹ ਜਿਹੜੀ ਸੰਗਤ ਹੈ ਜੇ ਸਾਡੇ 'ਤੇ ਮਾੜਾ ਅਸਰ ਕਰ ਰਹੀ ਹੈ ਤਾਂ ਪਹਿਲੀ ਗੱਲ ਸੁਧਾਰਕ ਕਾਰਜ ਦੇ ਵਿੱਚ ਇਹ ਆਉਂਦੀ ਹੈ ਕਿ ਅਸੀਂ ਉਸ ਤੋਂ ਬਚੀਏ। ਅਸੀਂ ਪੱਕਾ ਨਿਸ਼ਚਾ ਕਰੀਏ, ਇਹ ਮਨ ਬਣਾਈਏ ਕਿ ਇਸ ਰਾਹ 'ਤੇ ਅਸੀਂ ਨਹੀਂ ਤੁਰਨਾ। ਜਿਹੜਾ ਰਾਹ ਅੱਜ ਸਾਨੂੰ ਕਿਸੇ ਸੁੱਖ ਵਾਲਾ, ਆਰਾਮ ਵਾਲਾ, ਜਾਂ ਦੋਸਤਾਂ ਮਿੱਤਰਾਂ ਦੀ ਮਹਿਫਲ ਵਾਲਾ ਜਾਂ ਖੁਸ਼ਗਵਾਰ ਨਜ਼ਰ ਆਉਂਦਾ ਹੈ, ਹੋ ਸਕਦਾ ਭਵਿੱਖ ਦੇ ਵਿੱਚ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦੇਵੇ। ਇੱਕ ਤਾਂ ਅਸੀਂ ਉਸ ਤੋਂ ਬਚਣਾ ਹੈ। ਦੂਸਰਾ ਕਾਰਜ, ਦੂਸਰੀ ਦ੍ਰਿਸ਼ਟੀ ਕੀ ਹੈ ਕਿ ਅਸੀਂ ਦੂਸਰਿਆਂ ਨੂੰ ਵੀ ਉਸ ਤੋਂ ਬਚਾਉਣਾ ਹੈ, ਦੂਰ ਰੱਖਣ ਦਾ ਉਪਰਾਲਾ ਕਰਨਾ ਹੈ। ਇਹ ਨਹੀਂ ਹੈ ਕਿ ਸਾਡੇ ਕਹਿਣੇ ਅਨੁਸਾਰ, ਸਾਡੇ ਕਾਰਜ ਦੇ ਅਨੁਸਾਰ ਕੋਈ ਨਸ਼ਿਆਂ ਤੋਂ ਦੂਰ ਹੁੰਦਾ ਹੈ ਕਿ ਨਹੀਂ ਹੁੰਦਾ ਹੈ। ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਸੁਧਾਰਕ ਦ੍ਰਿਸ਼ਟੀ ਤੋਂ ਕਾਰਜ ਕਰਦੇ ਰਹੀਏ। ਇਹ ਸੱਚ ਹੈ ਕਿ ਜਦੋਂ ਅਸੀਂ ਇੱਕ ਕਾਰਜ ਕਿਸੇ ਦਿਸ਼ਾ ਵੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਫਲਤਾ ਵੀ ਜ਼ਰੂਰ ਮਿਲੇਗੀ। ਸੋ ਇਸ ਕਰਕੇ ਇਹ ਨਸ਼ਿਆਂ ਦੀ ਬੁਰਾਈ ਤੋਂ ਬਚਣ ਦੇ ਲਈ ਆਲਾ ਦੁਆਲਾ ਦੇਖਣਾ, ਉਸ ਨੂੰ ਮਹਿਸੂਸ ਕਰਨਾ, ਉਸ ਨੂੰ ਸਮਝਣਾ ਅਤੇ ਸੁਧਾਰਕ ਕਾਰਜ ਕਰਨਾ, ਇਹ ਕੁਝ ਪਹਿਲੂ ਨੇ ਜਿਹੜੇ ਸਾਡੀ ਸੁਧਾਰਕ ਦ੍ਰਿਸ਼ਟੀ ਨਾਲ ਸੰਬੰਧਿਤ ਹਨ। ਆਓ ਝਾਤ ਮਾਰੀਏ ਕਿ ਕਿੰਨੇ ਵਿਆਹ ਨੇ ਸਾਡੇ ਚੌਗਿਰਦੇ ਦੇ ਵਿੱਚ ਜਿਹੜੇ ਬਿਨਾਂ ਸ਼ਰਾਬ ਦੇ ਸਿਰੇ ਚੜ੍ਹਦੇ। ਜੇ ਇਸ ਸੱਚ ਨੂੰ ਦੇਖੀਏ ਤਾਂ ਜੇ 100 ਵਿਆਹ ਸ਼ਾਦੀਆਂ 'ਤੇ ਅਸੀਂ ਜਾਂਦੇ ਹਾਂ ਅਤੇ 80% ਦੇ ਕਰੀਬ ਸ਼ਰਾਬ ਪਰੋਸੀ ਜਾਂਦੀ, ਕਿ ਅਸੀਂ ਇਸ ਨੂੰ ਨਸ਼ਾ ਨਹੀਂ ਦਿੰਦੇ ਕਿ ਸਾਡੇ ਬੱਚੇ, ਸਾਡੇ ਨੌਜਵਾਨ ਇਸ ਨੂੰ ਦੇਖ ਨਹੀਂ ਰਹੇ ਕਿ ਉਹ ਇਸ ਤੋਂ ਇੱਕ ਚੰਗਾ ਪ੍ਰਭਾਵ ਗ੍ਰਹਿਣ ਕਰਨਗੇ। ਕਿੰਨੇ ਵਿਆਹ ਨੇ ਜਿਹੜੇ ਇਸ ਸ਼ਰਾਬ ਦੇ ਸੇਵਨ ਤੋਂ ਬਿਨਾਂ ਸਿਰੇ ਚੜ੍ਹਦੇ। ਜਿਹੜੀਆਂ ਕਹਾਣੀਆਂ ਤੁਹਾਨੂੰ ਦੋ ਅਸੀਂ ਦਿਖਾਉਣੀਆਂ, ਦਰਦਨਾਕ, ਦੁੱਖਦਾਇਕ, ਕਿ ਕਿਵੇਂ ਘਰ ਦੇ ਵਿੱਚੋਂ ਹੀ ਇੱਕ ਸ਼ਰਾਬ ਦਾ ਨਸ਼ਾ ਸ਼ੁਰੂ ਹੋਇਆ, ਉਹਨੇ ਆਪਣੇ ਹੀ ਘਰ ਨੂੰ
ਕਿਵੇਂ ਉਜਾੜ ਦਿੱਤਾ। ਆਓ ਪਹਿਲੀ ਕਹਾਣੀ ਪੁੱਤਰ ਦੀ ਮੜੀ ਇੱਕ ਵਾਰੀ ਦੇਖ ਲਈਏ, ਕਿਉਂਕਿ ਇਸ ਕਹਾਣੀ ਦੇ ਫਿਲਮਾਂਕਣ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਇੱਕ ਬਾਪ ਆਪਣੇ ਹੀ ਬੱਚੇ ਨੂੰ ਚਾਵਾਂ ਨਾਲ ਪਾਲਦਾ, ਉਹ ਇਹ ਸਮਝਦਾ ਹੀ ਨਹੀਂ, ਉਹ ਮਹਿਸੂਸ ਹੀ ਨਹੀਂ ਕਰਦਾ ਕਿ ਸ਼ਰਾਬ ਨਸ਼ਾ ਹੈ। ਸ਼ਰਾਬ ਘਰ ਦੇ ਵਿੱਚ ਚੱਲਦੀ ਹੈ, ਪੀਤੀ ਜਾਂਦੀ ਹੈ। ਬੱਚੇ ਦੇਖਦੇ ਨੇ, ਦੋਨਾਂ ਬੱਚਿਆਂ 'ਚੋਂ ਇੱਕ ਬੱਚਾ ਬਾਪ ਦੇ ਕਹਿਣੇ ਨੂੰ ਮੋੜ ਨਹੀਂ ਸਕਦਾ, ਥੋੜ੍ਹੀ ਜਿਹੀ ਸ਼ਰਾਬ ਤੋਂ ਇੱਕ ਸ਼ੋਹਰਤ ਦੇ ਵਿੱਚ ਪੈਂਦਾ ਅਤੇ ਮੌਤ ਦੇ ਮੂੰਹ ਦੇ ਵਿੱਚ ਜਾ ਕੇ ਅਤੇ ਫਿਰ ਕਰਦਾ ਜਿਹੜਾ ਉਜਾੜਾ ਹੁੰਦਾ ਹੈ ਉਹ ਦੁੱਖ ਚੱਲਣ ਵਾਲਾ ਨਹੀਂ ਹੈ। ਪਰ ਇਸ ਦੁੱਖ ਦੇ ਵਿੱਚੋਂ ਅਸੀਂ ਕੁਝ ਸਿੱਖਣਾ ਹੈ, ਅਸੀਂ ਇਹ ਸਿੱਖਣਾ ਹੈ ਕਿ ਇਹ ਜਿਹੜੀ ਬੁਨਿਆਦ ਅਸੀਂ ਘਰਾਂ ਦੇ ਵਿੱਚ ਰੱਖ ਦਿੰਦੇ ਹਾਂ ਘਰ ਦੇ ਕਾਰਨ ਉਜਾੜ ਦਿੰਦੀ ਹੈ, ਇਸ ਤੋਂ ਬਚਣ ਦੀ ਲੋੜ ਹੈ। ਆਓ ਇਸ ਪੁੱਤ ਦੀ ਮੜੀ ਨੂੰ ਇੱਕ ਵਾਰੀ ਦੇਖੀਏ, ਕੋਸ਼ਿਸ਼ ਕਰੀਏ ਕਿ ਆਪਣੇ ਘਰ ਤੋਂ ਇਸ ਗੱਲ ਦੀ ਸ਼ੁਰੂਆਤ ਕਰੀਏ ਕਿ ਇਹ ਜਿਹੜੇ ਨਸ਼ੇ ਨੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਤਿਲਾਂਜਲੀ ਦੇਣੀ ਹੈ। ਸ਼ਰਾਬ ਨੂੰ ਘੱਟ ਨਹੀਂ ਸਮਝਣਾ, ਇਹ ਵੀ ਇੱਕ ਨਸ਼ਾ ਹੈ, ਇਸ ਨੂੰ ਆਪਣੇ ਵਿਆਹਾਂ ਦੇ ਵਿੱਚੋਂ, ਸਮਾਜ ਦੇ ਵਿੱਚੋਂ, ਆਪਣੇ ਜੀਵਨ ਦੇ ਵਿੱਚੋਂ ਤਿਆਗਣਾ ਹੈ। ਇੱਕ ਬੱਚਾ ਬਾਪ ਦੇ ਕਹਿਣੇ ਅਨੁਸਾਰ ਜੇ ਸ਼ਰਾਬ ਪੀਂਦਾ ਹੈ, ਦੂਜਾ ਬੱਚਾ ਮਾਂ ਦੇ ਕਹਿਣੇ ਅਨੁਸਾਰ ਉਸ ਤੋਂ ਦੂਰ ਰਹਿੰਦਾ ਹੈ, ਉਹ ਬੱਚਾ ਤਰੱਕੀ ਕਰਦਾ ਹੈ, ਦੂਜਾ ਬੱਚਾ ਉੱਜੜ ਜਾਂਦਾ ਹੈ। ਉੱਜੜਨ ਤੋਂ ਬਾਅਦ ਬਾਪ ਨੂੰ ਸੋਝੀ ਆਉਂਦੀ ਹੈ ਕਿ ਉਹਨੇ ਹੀ ਆਪਣੇ ਬੱਚੇ ਦਾ ਇਹ ਵਿਨਾਸ਼ ਕੀਤਾ, ਔਰ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਇਸ ਪੁੱਤ ਦੀ ਮੌਤ ਨਹੀਂ ਹੋਈ, ਉਸ ਬਾਪ ਦੀ ਮੌਤ ਹੋਈ ਹੈ, ਜਿਹੜਾ ਬਾਪ ਸਦਾ ਜਿਉਂਦੇ ਰਹਿਣਾ ਚਾਹੀਦਾ ਸੀ ਆਪਣੇ ਮਨ ਦੇ ਵਿੱਚ, ਔਰ ਉਸ ਬਾਪ ਦੇ ਵਿੱਚੋਂ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਹੋਣਾ ਚਾਹੀਦਾ ਸੀ। ਉਹ ਸੋਝੀ ਉਜਾੜੇ ਤੋਂ ਬਾਅਦ ਆਉਂਦੀ ਹੈ। ਆਓ ਇਸ ਤੋਂ ਇਹ ਸਿੱਖੀਏ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਆਪਣਾ ਪੱਕਾ ਮਨ ਬਣਾਉਣਾ, ਦ੍ਰਿੜ ਇਰਾਦਾ ਕਰਨਾ, ਬੁਰੀ ਸੰਗਤ ਤੋਂ ਬਚਣਾ, ਜੇ ਕੋਈ ਬੁਰਾ ਹੈ ਤਾਂ ਉਹਦੇ ਸੁਧਾਰ ਦੀ ਵੀ ਲੋਚਾ ਰੱਖਣਾ। ਸ਼ੇਰ ਪੁੱਤਰੋ, ਆਪਣੇ ਪਿਤਾ ਵਾਂਗੂ ਸ਼ਰਾਬ ਨਹੀਂ ਪੀਣੀ, ਇਹ ਜ਼ਹਿਰ ਹੁੰਦੀ ਹੈ ਜ਼ਹਿਰ। ਆਜੋ ਮੇਰੇ ਸ਼ੇਰ ਪੁੱਤ, ਬੈਠੋ ਬੈਠੋ। ਬਹੁਤਾ ਸ਼ੇਰ, ਤੇ ਮੇਰੀ ਮਾਂ ਨੇ ਸਮਝਾਇਆ ਕਿ ਸ਼ਰਾਬ ਜ਼ਹਿਰ ਹੁੰਦੀ ਆ, ਜ਼ਹਿਰ, ਮੈਂ ਨਹੀਂ ਪੀਣੀ। ਪਾਪਾ ਇਹ ਤਾਂ ਬਹੁਤ ਕੌੜੀ ਆ। ਘਰ ਦੇ ਵਿੱਚ ਬਾਪ ਦੁਲਾਰੇ ਦੀ ਸ਼ਰਾਬ ਦੇ ਸੇਵਨ ਵਾਲੀ ਸੰਗਤ ਵੱਡੇ ਪੁੱਤਰ ਦਲਵੀਰੇ ਨੂੰ ਸ਼ਰਾਬ ਦੇ ਚੱਟੇ ਲਾ ਦਿੰਦੀ ਹੈ, ਅਤੇ ਦਲਵੀਰੇ ਦੀ ਪਤਨੀ ਆਪਣੀਆਂ ਧੀਆਂ ਨੂੰ ਪੜ੍ਹਾਉਂਦੀ ਹੈ ਤਾਂ ਕਿ ਵੱਡੇ ਹੋ ਕੇ ਉਹ ਚੰਗੀਆਂ ਅਫਸਰ ਬਣ ਸਕਣ ਅਤੇ ਸਮਾਜ ਦੀ ਸੇਵਾ ਕਰ ਸਕਣ। ਪਰ ਹੁੰਦਾ ਘਰ ਦੇ ਵਿੱਚ ਉਲਟ ਹੈ। ਬਾਪ ਦਾ ਅਜਿਹਾ ਮਾੜਾ ਪ੍ਰਭਾਵ ਅਤੇ ਗਾਇਕੀ ਦੇ ਖੇਤਰ ਦੇ ਵਿੱਚ ਉਸਦੀ ਸ਼ੋਹਰਤ, ਯਾਰਾਂ ਦੋਸਤਾਂ ਦੇ ਵਿੱਚ ਉਸਦੇ ਇਸ ਐਬ ਨੂੰ ਹੋਰ ਵੀ ਵਧਾ ਦਿੰਦੀ ਹੈ। ਸ਼ਰਾਬ ਪੀ ਕੇ ਮਹਿਫਲਾਂ ਦੇ ਵਿੱਚ ਗਾਉਣਾ ਉਸਦਾ ਸ਼ੌਕ ਬਣ ਜਾਂਦਾ ਹੈ, ਉਸਦੀ ਸ਼ੋਹਰਤ ਬਣ ਜਾਂਦੀ ਹੈ, ਅਤੇ ਵਿਗੜਦੇ ਵਿਗੜਦੇ ਇੱਕ ਦਿਨ ਇਹੀ ਵੱਡਾ ਪੁੱਤਰ, ਜਿਵੇਂ ਸ਼ੇਰ ਪੁੱਤਰ ਕਿਹਾ ਸੀ, ਇੱਕ ਨਸ਼ੇੜੀ ਬਣਨ ਦੇ ਰਾਹ 'ਤੇ ਤੁਰ ਪੈਂਦਾ। ਬਸ ਫਿਰ ਇਹੀ ਸ਼ਰਾਬ ਦਾ ਨਸ਼ਾ ਮਾੜੇ ਯਾਰਾਂ ਬੇਲੀਆਂ ਦੇ ਪ੍ਰਭਾਵ ਹੇਠ ਵੱਡੇ ਨਸ਼ਿਆਂ 'ਚ ਬਦਲ ਜਾਂਦਾ ਹੈ। ਇਹ ਸਮੈਕ ਵਰਗੇ ਨਸ਼ਿਆਂ ਦੇ ਚਾਟੇ ਲੱਗ ਜਾਂਦਾ ਹੈ। ਘਰ ਦੀ ਅਵੀਰੀ, ਘਰ ਦਾ ਮਾਹੌਲ, ਜੀਪਾਂ 'ਤੇ ਘੁੰਮਣਾ ਅਤੇ ਬਾਪ ਦਾ ਇਹ ਅਸਰ ਇਸ ਤਰ੍ਹਾਂ ਦਾ ਰੰਗ ਲਿਆਉਂਦਾ ਹੈ ਕਿ ਉਹ ਪੁੱਤ ਨਸ਼ੇੜੀ ਬਣ ਜਾਂਦਾ ਹੈ, ਨਸ਼ੇੜੀ। ਫਿਰ ਘਰ ਦਾ ਉਜਾੜਾ ਤਾਂ ਹੋਣਾ ਹੀ ਸੀ। ਹੁੰਦਾ ਕੀ ਹੈ ਕਿ ਬਾਪ ਨੂੰ ਪਤਾ ਲੱਗ ਜਾਂਦਾ ਕਿ ਇਹੀ ਉਸਦਾ ਪੁੱਤ ਹੁਣ ਜਿਉਣ ਦੇ ਕਾਬਲ ਨਹੀਂ ਰਿਹਾ, ਹੁਣ ਲਿਵਰ ਖਰਾਬ ਹੋ ਚੁੱਕਾ,
शरीर के गुरदे जवाब दे चुके हैं तो फिर मजबूरन अपने छोटे पुत नूं की कहना पड़ा। तेरे वड्डे भरा ने हुण बहुता चिर नहीं कढ़ना, तू मेरे नाल इक वायदा कर, इहदे तुर जाण तों बाद इहदे घर वाली ते चादर पाएगा। पिता जी मैं पहला बार देखिया जो अपने मुंडे दे मरण दी उड़ीक करदा होवे, मैथों नहीं सुनूंगा। बिगड़े इस पुत की अयाशी इस तक बंदी गई, आखिर वो दिन आ जाता है जिसकी भविखबाणी उसका बाप ही कर चुका है। बस फिर उही हुंदा है घर का उजाड़ा, घर दे विच परिवार का उजाड़ा, बच्चियां दी बर्बादी, घर वाली दी बर्बादी, सब तहस नहस हो जाए। हसदा वसदा उपवाल नशियां दी इस बुराई खत्म कर दिता, रोंदा करलाउंदा दर दर दिया ठोकर समय सिर जिंदगी समझिया ही नहीं, उस हालात समझिया ही नहीं जिस दे नाल ये जिंदगी विनाश वल तुर जाती है। उही पुत जड़ा बड़े अयाशी गीत गाँदा से उसनू कुछ सेध ना मिलन करके जिंदगी दे विच दिशा ना मिल करके वो इस जहानों तुर जाता ते पिछे छड़ जाता, रोंदी मां, रोंदी पत्नी, रोंदा प्यो ते रोंदे बच्चे। जदों जीउंदे हुए बाप दे अंदर उस मरे हुए बाप दी समझ आउंदी तां तो बहुत कुछ बिगड़ चुका हुंदा। बस बशीरे दे नाल दलबीरे दी विधवा की शराब नशा है, ये मेरा वो प्रश्न है जो मैं तुहानू कीता है। इसका जवाब यही होएगा कि शराब नशा है। जे शराब नशा है तो फिर शराब का सेवन क्यों हुंदा है? ये सोचण दी विचारण दी लोड़ है कि जे शराब नशा है तो फिर शराब का सेवन क्यों हुंदा है, इसका प्रभाव की है। ये पुत की मड़ी कहानी जी असी देखी है ये इस करके दिखाई है तुहानू कि अपनियां अखां दे नाल हुंदे होए नुकसान नूं तुसीं इस फिल्म दे राहीं देख सको तां कि जिंदगी दे विच कदे किसे दे घर दे विच इहो जिहे हादसे, किसे घर दे विच इहो जिहा वड्डा दुख
वापरे ना, क्योंकि साडा अज दा विद्यार्थी अगां दा नौजवान इस समाज की नींह है। असी तुहाडे कोलों खुशहाल समाज की कामना करते हैं। और बाप पीढ़ियां चों वसे अवचेतन मन दे राहीं घर दे विच शराब दा सेवन करदा है। उसकी मानसिकता दे विच इस गल की सोझी ही नहीं हैगी कि शराब एक नशा है। वो अचेत रूप दे विच ही अपने बच्चियां नूं भी बड़ी इस सोच दे नाल कि ये शराब पीनी शायद पता नहीं किड्डा वड्डा कारज होएगा, बच्चियां नूं भी अपणियां नूं भी उस राह ते तोरन दा यतन कर लैंदा है। ये उसकी सुचेत सोच नहीं है कि उसने शराब पीनी है। ये घर दे माहौल दे विच ही उसनूं मानता देती सी। उस मानता करके हुंदा की है कि इस कहानी दे विच दो पात्र आउंदे ने। दोनों पात्रां दे विच फर्क है। सब तो पहला इहदा जिहड़ा केंद्री धुरा बाप दुलारा है अवचेतन च कार्ज करदा है, घर दे विच शराब पींदा है। और शराब पीण तो बाद एक वड्डा पुत है दलबीरा, दूसरा छोटा पुत है बशीरा। ये दो पुत ने जिहड़े बाप दे ते मां दे प्रभाव हेठ आउंदे हन, क्योंकि बच्चा सब तो पहला अपने घर चों सिखदा है, घर दे माहौल चों सिखदा है। और ये दोनों इस प्रभाव दे विच एक ते पिता दा प्रभाव वध जांदा है, वो है दलबीरा। एक ते मां दा प्रभाव वध जांदा है, वो है बशीरा। ये दोनों पात्र वक्खरा वक्खरा प्रभाव कबूलदे हन अपने घर दे माहौल तों। और दलबीरा जो है वो दलबीरा जो है वो अपने बाप दे शराब दे प्रभाव हेठ ढक्कण दे विच शराब पींदा है। बाप दे कहने ते उस ढक्कण तो शुरू हुंदा हुंदा वो शराब नूं अयशी दा आधार बना लैंदा है, ते हौली हौली उस शोहरत दे विचों, उस दी गायकी दे विचों, उस दी आवाज़ दे विचों, उसकी शोहरत दे विचों जो नशा वध जांदा है तां वो एक समा आउंदा नशेड़ी बन जांदा है ते स्मैक तक भी पीनी शुरू कर दिंदा है। दूसरा पुत्र जिहड़ा सी छोटा पुत्र बशीरा, वो बाप दे कहने ते इनकार करदा है, क्योंकि उसनूं पता है कि उसकी माँ ने कहा कि शराब नशा जहर हुंदा है, जहर जिहड़ा जिंदगी नूं जहरीला बनाउंदा है, विनाश करदा है, मौत दे राह ते तुरदा है। तो वह पक्का मन बना लैंदा है कि इस राह ते उसने नहीं तुरना, वह नशे का त्याग कर दिंदा है अपनी माँ दे कहने ते। दलबीरा भी माँ बाप का आग्ञाकारी पुत है, बशीरा भी आग्ञाकारी पुत है, पर कसूर इत्थे नहीं है। कसूर बाप की कही गल का इनकार नहीं कर सकिया। दलबीरा इस गल नूं नहीं समझ सकिया कि जिहड़ी गल चंगी नहीं है, जिहड़ी गल माड़ी हैगी है, उस ते इनकार करना है। पक्के इरादे दे नाल उस गल की सोझी रखनी है कि ये राह माड़ा है, चाहे बाप की संगत दे प्रभाव चों ही वह राह मिलिया। सो उस राह ते दलबीरे की अंत नूं मौत हो जाती है। दलबीरे की मौत दे विचों परिवारक विनाश हुंदा है, ते निकलता की है दुख निकलता है, बाप का पछतावा निकलता है, परिवारक संकट पैदा हुंदा है। बाप अपनी कीती गलती लई ताहां मार मार के सारी उम्र रोंदा रहिंदा है, ते उस पछतावे दे विचों उस विनाश दे विचों तुर गया पुत्र, हुण वापस नहीं आ सकता। एक कहानी सीध दिंदी है कि इस नशियां दी जिहड़ी बुराई है इसनूं अपनी जिंदगी दे विचों, इसनूं अपने घरां दे विचों, इसनूं अपने समाज दे विचों आपां कढ़णा है। ते सोझी की मिलदी है कि नशा बुराइयां दा जन्मदाता है, शराब बुराइयां दी माँ है, शराब होरां नशियां दी माँ है। इसनूं समाजिक मानता देण दी लोड़ नहीं है। दूसरी सोझी की मिलदी है कि इस कहानी पुत दी मड़ी दे विचों
जो परिवारक विनाश हो रहा है कि नशा परिवारक अते समाजिक जीवन का हिस्सा ना बने, ये विनाशकारी है, इस नूं त्यागण की लोड़ है। अगली सोझी की मिलती है कि नशा अजिहा नहीं है कि जे कोई नशेड़ी बन गया जां कोई नशे दे राह ते तुरिया तो वह नशा छड्ड नहीं सकता, मनोदृढ़ता दे नाल उह नशे नूं दूर कर सकता है, वह नशे तो दूर रह सकता है। सो इस करके सुधार की आशा भी है। अगली गल, हर जी मां अते छोटे पुत्र बशीरे वर्गा कार्ज निभाए, मां दा कार्ज घर दे विच्चों वैसे सिक्ख्या दोनों पुत्रां नूं दित्ती सी भी नशा नहीं करना, पर असर एक पुत्र ने कबूलिया। सो इस करके साडा फर्ज बनता है कि मां दे वर्गा रोल होवे साडा, छोटे पुत्र बशीरे वर्गा साडा रोल होवे, साडा कार्ज होवे। इस कहानी तो असीं ये सीखीए। अगला नशा बाप दुलारे वर्गे किरदार का त्याग करन दी लोड़ है। समाज दे विच्चों जिहड़ा बाप अंदरला बाप दुलारे वर्गा है उसनूं कढ़न दी लोड़ है। बाप अंदरले बाप दे विच्च बाप वाले फर्ज जगाउण दी लोड़ है, तां इह नशे वाकई ही समाज चों निकल जाणगे। अगली गल, बुरी संगत तों बचिया जावे। हुंदा की है कि वह जिहड़ा पुत्र सी जिहड़ा नशे दे राह ते तुर गया, बुरी संगत च पै के होर नशियां दा आदि हो गया, उसकी मौत दा कारण उसकी बुरी संगत भी बन गई। सो बुरी संगत तों दूर रहण दी लोड़ है, संगत नेक होनी चाहीदी है। अगला, समाज दे विच साडी दृष्टि सुधारक होनी चाहीदी है। जे अज साडे घर दे विच कोई नशे की बुराई नहीं हैगी ते जे समाज दे विच है तां समाज दे विचों भी दूर करनी चाहीदी है। हुण मैं तुहाडे नाल अभ्यास वजों कुछ प्रश्न सांझे कर रहे हैं जिहड़े इस लैक्चर दे विच मैं तुहानूं पुत की बड़ी कहानी दे रूप दे विच जो समझाया जो करवाया उहदे आधार ते। उस विच पहला प्रश्न है कि विआहां विच शराब का सेवन क्यों नहीं होना चाहिए। इसका जवाब तुसीं पुत की बड़ी कहानी दे आधार ते देना है कि की नुकसान हन, क्यों अजिहा दुख अजिहा संकट वापरिया ते विआहां दे विच भी ये शराब नहीं होनी चाहिए, उहदे कारण तुसीं अपनी कापियां ते लिखने हैं। प्रश्न दूसरा है, कहानी विच वड्डे पुत दलबीरे की मौत क्यों होंदी है, इसका कारण की सी, यह भी तुसीं अपनी कापियां ते लिख के अपने अध्यापक नूं दिखाउणा है। तीसरा प्रश्न है कि पुत की मड़ी कहानी विच कोई दो पात्रां दे नां दसो जिन्हां दी सोच सुधारक सी। आस करदा कि तुसीं ये जो प्रश्न दिते ने इन्हां दे जवाब तुसीं अपनियां कापियां ते लिखोगे भी और लिख के अपने अध्यापक दे नाल सांझियां करोगे, उन्हां दे कोलों इस दी जिहड़ी नेक अगवाई लओगे ते जिंदगी दे विच तुसीं अपनी जीवन जाच दे विच नशियां दी बुराई तों दूर रह के ते समाज नूं खुशहाल समाज बनाओगे। इस आस नाल मैं तुहाडा धन्नवाद करदा हां।